ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਜੀ ਐਸ ਬੀ ਆਈ ਸਟੇਟ ਬੈਂਕ ਆਫ ਇੰਡੀਆ ਨੇ ਵੈਕੈਂਸੀ ਕੱਢੀ ਆ ਕਾਦੀ ਵੈਕੈਂਸੀ ਆ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਕਮੈਂਟ ਜਵਾਬ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂ ਸਬਸਕ੍ਰਾਈਬ ਕਰੋ ਜੀ ਦੇਖੋ ਦੋਸਤੋ ਰਿਕਰੂਟਮੈਂਟ ਆਫ ਸਰਕਲ ਬੇਸਡ ਆਫਸਰ ਦੀ ਰਿਕਰੂਟਮੈਂਟ ਹੈ ਠੀਕ ਆ ਔਨਲਾਈਨ ਰਜਿਸਟ੍ਰੇਸ਼ਨ ਐਪਲੀਕੇਸ਼ਨ ਪੇਮੈਂਟ ਫੀਸ ਠੀਕ ਆ ਭਾਈ 22 11 2023 ਤੋਂ ਸਟਾਰਟ ਆ ਜੀ 12 12 2023 ਆਨਲਾਈਨ ਟੈਸਟ ਜਨਵਰੀ ਦੇ ਵਿੱਚ ਹੋ ਸਕਦਾ ਤੁਹਾਡਾ ਠੀਕ ਹੈ ਆਨਲਾਈਨ ਟੈਸਟ ਜਨਵਰੀ ਦੇ ਵਿੱਚ ਹੋ ਸਕਦਾ ਤੁਹਾਡਾ ਠੀਕ ਹੈ ਪਰ ਇਹ ਡੇਟ ਬਦਲੀ ਜਾ ਸਕਦੀ ਹੈ ਠੀਕ ਹੈ ਜੀ ਤੁਹਾਡਾ ਕੰਡੀਸ਼ਨ ਕੀ ਰੱਖਿਆ ਜੀ ਦੇਖੋ ਆਨਲਾਈਨ ਐ ਐਗਜ਼ਾਮੀਨੇਸ਼ਨ ਹੋਗਾ ਤੁਹਾਡਾ ਸਕਰੀਨਿੰਗ ਹੋਏਗੀ ਤੇ ਇੰਟਰਵਿਊ ਹੋਏਗੀ ਠੀਕ ਹੈ ਜੀ ਵੈਕੈਂਸੀ ਬਹੁਤ ਆ ਤੇ ਲਗਭਗ ਚੰਡੀਗੜ੍ਹ ਦੀ ਗੱਲ ਕਰ ਲਈ ਆਪਾਂ ਚੰਡੀਗੜ੍ਹ ਦੀ ਵੈਕੈਂਸੀਆਂ 300 ਠੀਕ ਹੈ ਸਰਕਲ ਵਾਈਜ਼ ਵੈਕੈਂਸੀ ਹੁੰਦੀ ਹੈ ਜਿਹੜਾ ਚੰਡੀਗੜ੍ਹ ਸਰਕਲ ਦੇ ਵਿੱਚ ਜੰਮੂ ਕਸ਼ਮੀਰ ਆਂਦਾ ਲਦਾਖ ਮਾਚਲ ਹਰਿਆਣਾ ਪੰਜਾਬ ਠੀਕ ਹੈ ਜੀ ਭਾਸ਼ਾ ਹੈ ਉਰਦੂ ਹਿੰਦੀ ਪੰਜਾਬੀ ਠੀਕ ਹੈ ਜੀ ਤੇ ਗੱਲ ਕਰੀਏ ਐਸਸੀ ਦੀ 45 ਹੈ ਐਸਟੀ ਦੀ 22 ओबीसी ਦੀ 81 ਤੇ ایਡਬਲਿਊਐਸ ਦੀ 30 ਤੇ ਜਰਨਲ ਦੀ 122 ਵੈਕੈਂਸੀ ਹੈ ਦੋਸਤੋ 300 ਟੋਟਲ ਵੈਕੈਂਸੀ ਹੈ ਤੇ ਆਲ ਇੰਡੀਆ ਦੀ ਵੈਕੈਂਸੀ ਕਿੰਨੀ ਹੈ ਆਲ ਇੰਡੀਆ ਦੀ ਵੈਕੈਂਸੀ ਹੈ 5280 ਵੈਕੈਂਸੀ ਹੈ ਬਹੁਤ ਸਾਰੇ ਬੱਚਿਆਂ ਨੂੰ ਭਰਨਾ ਚਾਹੀਦਾ ਜੀ ਠੀਕ ਹੈ ਜੀ ਅੱਗੇ ਗੱਲ ਕਰੀਏ ਆਪਾਂ ਦੇਖੀਏ ਹਾਂ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀ ਹੈ ਜੀ ਗ੍ਰੈਜੂਏਸ਼ਨ ਇਨ ਐਨੀ ਡਿਸਪਲਨ ਫਰੋਮ ਅ ਰੀਕੋਗਨਾਈਜ਼ ਯੂਨੀਵਰਸਿਟੀ ਔਰ ਐਨੀ ਐਵੈਲੈਂਟ ਕੁਆਲੀਫਿਕੇਸ਼ਨ ਰੀਕੋਗਨਾਈਜ਼ ਸੱਚ ਬਾਏ ਦਾ ਸੈਂਟਰਲ ਗਵਰਨਮੈਂਟ ਇਨਕਲੂਡਿੰਗ ਇੰਟੀਗ੍ਰੇਟਰ ਡਿਊਲ ਡਿਗਰੀ ਆਈ 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 ਡੀ ਡੀ ਇਹਦਾ ਮਤਲਬ ਕਹ ਇੰਟੀਗ੍ਰੇਟਰ ਡਿਊਲ ਡਿਗਰੀ ਠੀਕ ਹੈ ਕੈਂਡੀਡੇਟ ਪ੍ਰੋਸੈਸਿੰਗ ਕੁਆਲੀਫਿਕੇਸ਼ਨ ਸੱਚ ਐਜ਼ ਮੈਡੀਕਲ ਇੰਜੀਨੀਅਰਿੰਗ ਚਾਰਟਰਡ ਅਕਾਊਂਟੈਂਟ ਐਂਡ ਕੋਸਟ ਅਕਾਊਂਟੈਂਟ would also be eligible ٹھیک ہے دوستو ایج دی گل کریے ਆਪਾਂ ਤੇ ਨਾਟ ਬਿਲੋ 21 ਸਾਲ ਤੋਂ ਕੱਟ ਨਹੀਂ ਹੋਣਾ ਚਾਹੀਦਾ ਤੇ ਨਾਟ ਬਬ ਦੈਨ 30 ਸਾਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਐਜ਼ ਔਨ ਕੀ ਹੈ 31 10 23 ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਠੀਕ ਹੈ ਜੀ ਅਗਿਆ ਰਿਲੈਕਸੇਸ਼ਨ ਹੈ ਐਜ਼ ਪਰ گورنمنٹ ਰੂਲ ਦੇ ਹਿਸਾਬ ਨਾਲ ਵੀ 5 ਇਅਰ ਐਸ ਸੀ ਐਸ ٹی 3 ਇਅਰ او بی سی ਐਂਡ ਪੀ ਡਬਲਯੂ ਬੀ ਡੀ ਵਾਲੇ ਐਸ ਸੀ ਐਸ ٹی 15 ਸਾਲ او بی سی ਪੀ ਡਬਲਯੂ ਬੀ ਡੀ ਵਾਲੇ 13 ਸਾਲ ਤੇ ਜਰਨਲ ਵਾਲੇ ای ڈبلیو ایس ਵਾਲੇ ਇਹ 10 ਸਾਲ ਦੀ ਹੈ ਸੀ ਐਕਸ ਸਰਵਿਸ ਮੈਨ ਦਾ 5 ਸਾਲ ਦੀ ਹੈ ਠੀਕ ਹੈ ਦੋਸਤੋ ਅੱਗੇ ਗੱਲ ਕਰਦੇ ਆ ਜੀ ਆਪਾਂ ਕਿਉਂਕਿ ਆਪਾਂ ਖਾਸ-ਖਾਸ ਗੱਲਾਂ ਦੱਸਾਂਗੇ ਠੀਕ ਹੈ ਦੇਖੋ ਜੀ ਦੋਸਤੋ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਆਪਣਾ ਕੈਟਾਗਰੀ ਕੋਡ ਮੰਗਣਗੇ ਉਹ ਆ ਚੈੱਕ ਕਰ ਸਕਦੇ ਤੁਸੀਂ ਕੈਟਾਗਰੀ ਕੋਡ ਕੀ ਕੀ ਹੈ ਦਾ ਕੋਡ ਜਿਹਦਾ ਐਸ ਸੀ ਦਾ 01 ਹੈ ਐਸ ਸੀ ਐਲ ਡੀ ਦਾ 02 ਹੈ ਇਸ ਦੇ ਸਾਹਮਣੇ ਜਾਂ ਜਰਨਲ ਦਾ 16 ਕੋਡ ਦਿਖਾ ਰਿਹਾ ਹੈ ਠੀਕ ਹੈ ਇਹ ਕੋਡ ਭਰਨਾ ਧਿਆਨ ਨਾਲ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਰਖ ਸਕਦੇ ਹੋ ਠੀਕ ਹੈ ਸਿਲੇਕਸ਼ਨ ਪ੍ਰੋਸੈਸ ਕਿ ਆਨਲਾਈਨ ਟੈਸਟ ਹੋਗਾ ਠੀਕ ਹੈ ਜੀ ਤੇ ਉਤੋਂ ਬਾਅਦ ਆਨਲਾਈਨ ਟੈਰ ਦੇ ਵਿੱਚ ਆਬਜੈਕਟਿਵ ਟੈਸਟ ਹੋਗਾ ਡਿਸਕ੍ਰਿਪਟਿਵ ਟੈਸਟ ਹੋਗਾ ਠੀਕ ਹੈ ਦੋਸਤੋ ਤੇ ਸਕਰੀਨਿੰਗ ਹੋਏਗੀ ਤੁਹਾਡੀ ਤੇ ਇੰਟਰਵਿਊ ਹੋਏਗੀ ਤੁਹਾਡੀ ਠੀਕ ਹੈ ਦੋਸਤੋ ਚਲੋ ਅੱਗੇ ਚ ਇੱਕ ਗੱਲ ਕਰਦੇ ਆ ਜੀ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਦੋਸਤੋ 750 ਰੁਪਿਆ ਫੀਸ ਹੈ ਜਰਨਲ EWS ਤੇ OBC ਵਾਲਿਆਂ ਦੀ ਠੀਕ ਹੈ SC ST SC PWBD ਵਾਲਿਆਂ ਦੀ 0 ਹੈ ਫੀਸ ਜੀ ਉਹ ਬਿਲਕੁਲ 0 ਹੈ ਫੀਸ ਉਹਨਾਂ ਦੀ ਹਾਊ ਟੂ ਅਪਲਾਈ ਅਪਲਾਈ ਕਿੱਦਾਂ ਕਰ ਸਕਦਾ ਹੈ ਦੇਖੋ ਦੋਸਤੋ ਕੈਂਡੀਡੇਟ ਕੈਨ ਅਪਲਾਈ ਔਨਲਾਈਨ ਓਨਲੀ ਠੀਕ ਹੈ 1/11/2023 ਤੋਂ ਸਟਾਰਟ ਹੈ 12/12/2023 ਤੱਕ ਹੈ ਨੋ ਅਦਰ ਮੋਡ ਆਫ ਅਪਲੀਕੇਸ਼ਨ ਬੀ ਵਿ ਅਸੈਪਟਡ ਕੋਈ ਅਦਰ ਮੋਡ ਨਹੀਂ ਹੈ ਠੀਕ ਹੈ ਦੋਸਤੋ ਆ ਬੈਂਕ ਦੀ ਵੈਬਸਾਈਟ ਹੈ ਇਸ ਤੇ ਜਾ ਕੇ ਅਪਲਾਈ ਕਰਨਾ ਤੁਹਾਨੂੰ ਇਸ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਹੋਰ ਖਾਸ ਗੱਲ ਕੋਈ ਆਪਾਂ ਨੋਟੀਫਿਕੇਸ਼ਨ ਚ ਕਿਉਂਕਿ ਨੋਟੀਫਿਕੇਸ਼ਨ ਕਾਫੀ ਵੱਡੇ ਹੁੰਦੇ ਆ ਤਾਂ ਆਪਾਂ ਤੁਹਾਨੂੰ ਖਾਸ ਖਾਸ ਗੱਲਾਂ ਦੱਸਾਂਗੇ ਜਾ ਕੇ ਤੁਸੀਂ ਸਾਈਬਰ ਕਾਫੇ ਚ ਜਾ ਕੇ ਆਪਣਾ ਇਸ ਨੂੰ ਭਰ ਸਕਦੇ ਹੋ ਆਪਣੇ ਫਾਰਮ ਠੀਕ ਹੈ ਬਾਕੀ ਹੋਰ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਐਦਾਂ ਹੀ ਗਵਰਨਮੈਂਟ ਜੋਬ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਦ ਤੱਕ ਧੰਨਵਾਦ